ਗਲਤ ਕੀਤੀ ਆ, ਜੇ ਤੁਸੀਂ ਇੰਪਰੂਵਮੈਂਟ ਵਿਖਾ ਦਿਓਗੇ ਮੈਨੂੰ ਅਤੇ ਜਿਹੜੀ ਘਾਟੀ ਆ ਸਾਡੇ ਚਾਰ ਸਾਹਿਬਾਨ ਬੈਠੇ ਆ ਆਪਾਂ ਉੱਥੇ ਚਿੰਤ ਨਹੀਂ, ਪਹਿਲਾਂ ਮੋਬਾਈਲ ਫੜ ਕੇ ਸਿੱਧਾ ਇੱਧਰ ਨਹੀਂ ਲਿਆਉਣਾ, ਜੇ ਤੁਹਾਡੇ ਕੋਲ ਤੇ ਕੱਟੀ ਨਹੀਂ ਜਾਂਦੀ ਆ ਆਪਾਂ ਉਹਨਾਂ ਨੂੰ ਕੱਢਣਾ, ਜੇ ਤੁਸੀਂ ਸਵੇਰੇ ਡਿਊਟੀ ਆਪਣੀ ਸ਼ਾਮਾਂ ਨੂੰ ਸਵੇਰੇ ਨਹਾਉਂਦੇ ਆ ਉਹ ਆਪਾਂ ਵੇਖ ਖਿਆਲ ਨਹੀਂ ਕਰਦੇ ਕਿ ਬੱਚੇ ਮਾਂ ਪਿਓ ਦੇ ਨਾਲ ਨਹੀਂ, ਉਹ ਬਾਹਰੋਂ ਬੱਚੇ ਹੁੰਦੇ ਆ ਹਰ ਗਰਮੀਆਂ 'ਚ ਹੁੰਦੇ ਆ, ਉਹ ਸੱਤ ਅੱਠ ਜਣੇ ਡੁੱਬ ਕੇ ਮਰੀ ਜਾਂਦੇ ਆ, ਅਤੇ ਡੁੱਬ ਗਿਆ ਕੀ ਆਪਣੇ ਪੌੜੀ ਦੇ ਉੱਤੇ ਜਾਲਾ ਜੰਮਣ ਕਰਕੇ ਕਈ ਵੇਲੇ ਪੁੱਠਾ ਲੱਗ ਜੇ, ਪਰਸੋਂ ਦੀ ਗੱਲ ਹੈ ਤਿੰਨ ਬੱਚੇ ਇੱਕ ਵਾਰੀ ਕੱਢੇ, ਹਾਲੇ ਮੈਂ ਇੱਧਰੋਂ ਕੱਢ ਕੇ ਗਿਆ ਅਤੇ ਸ਼ਹੀਦ ਮਾਰੀ ਇੱਕ ਜਣੇ ਨੇ, ਫਿਰ ਗੁੱਲੀ ਲੱਗ ਗਈ, ਇੱਕ ਆ ਬਾਬਾ ਬੁੱਢਾ ਬਾਈ, ਫਿਰ ਬਾਬਾ ਬੁੱਢਾ ਬਾਈ ਦੁੱਖ ਭਾਈ ਨਹੀਂ ਸ਼ਹੀਦ ਬਾਈ ਤਾਂ ਕੋਈ ਨਾ ਕੋਈ ਕੰਢ ਹੁੰਦਾ ਹੀ ਕੀਤਾ, ਇਕੱਲਾ ਆਪਾਂ ਇਹੋ ਨਹੀਂ ਕਿ ਦੇਖਣਾ ਕਿ ਹੁਣ ਆਪਾਂ ਯੋਗਾ ਕਰ ਗਈ ਬੀਬੀ ਦੇ ਯੋਗਿਆਂ ਲਈ ਧਿਆਨ ਦੇਣਾ ਵਾ, ਆਪਾਂ ਨੂੰ ਹੋਰ ਕਈ ਆਪਾਂ ਨੂੰ ਬੇਟਾ ਦੇ ਪਹਿਰੇ ਦੇਣ ਦੀ ਆਪਾਂ ਨੂੰ ਲੋੜ ਆ ਸਮੇਂ ਦਾ, ਵੀਰ ਜੀ ਬੈਗ ਮੰਗਾਓ, ਬੈਗ ਨਹੀਂ ਕਿਸੇ ਦਾ ਛੱਡਣਾ, ਹਾਲੇ ਨੰਗੇ ਸਿਰ ਵਾਲਾ ਥੱਲੇ ਵੀ ਨੰਗਾ ਸਿਰ ਝੁਕਾ ਦੂਗਾ, ਅਤੇ ਬੈਗ ਖਾਲੀ ਨਹੀਂ ਜਾਣ ਦੇਣਾ ਕੋਈ ਵੀ ਬੈਗ, ਸਾਰੇ ਗੇਟਾਂ 'ਤੇ ਧਿਆਨ ਦਿਓ, ਮੇਨ ਗੱਲ ਇੱਕ ਝੰਡੇ ਬੁੰਗੇ ਇੱਕ ਲੰਗਰ ਗੇਟ, ਹਾਲਾਂਕਿ ਆਟਾ ਮੰਡੀ ਗੇਟ ਸਾਰੀ ਬੈਗ ਬਹੁਤ ਘੱਟ ਹੁੰਦੇ ਆ, ਖਜ਼ਾਨਾ ਗੇਟ 'ਤੇ ਬੈਗ ਨਹੀਂ ਹੁੰਦੇ, ਮੰਜੀ ਸਾਹਿਬ ਵਾਲੇ ਗੇਟ 'ਤੇ ਕੋਈ ਵਿੜਲਾ ਪੈਂਦਾ ਹੀ ਬੈਗ ਲੈ ਕੇ ਆਉਂਦਾ, ਕੋਈ ਤੁਹਾਡੀ ਮੁਸ਼ਕਲ ਆ ਮੈਨੇਜਰ ਦੀ ਸੇਵਾ 'ਚ ਹਾਜ਼ਰ ਆ, ਕੋਈ ਤੁਹਾਨੂੰ ਮੁਸ਼ਕਲ ਪੇਸ਼ ਹੁੰਦੀ ਆ ਉਹ ਤੁਸੀਂ ਇਹਨਾਂ ਨੂੰ ਦੱਸ ਸਕਦੇ ਜੀ, ਬਾਕੀ ਇਹ ਨਹੀਂ ਕਹਿਣਾ ਕਿ ਉਹਨੇ ਇੱਦਾਂ ਕੀਤਾ ਵਾ, ਮੋਬਾਈਲ ਹੱਥ ਜੋੜ ਕੇ ਤਾਂ ਮੋਬਾਈਲ ਤੁਹਾਡੇ ਹੀ ਤਾਂ ਨਹੀਂ ਘਟਾਉਂਦੇ ਕਿ ਹਰ ਇੱਕ ਘਰ ਐਮਰਜੈਂਸੀ ਪੈ ਸਕਦੀ ਆ, ਇਹਦਾ ਮਾਂ ਪਿਓ ਢਿੱਲਾ ਹੋ ਸਕਦਾ, ਕੋਈ ਗੱਲ ਸੁਣਨੀ ਪੈ ਜਾਂਦੀ ਆ, ਅਤੇ ਆਪਾਂ ਮੋਬਾਈਲ ਤੁਹਾਡੇ ਤਾਂ ਨਹੀਂ ਜੇ ਫੜਨ ਦੇ, ਨਹੀਂ ਆਪਾਂ ਮੋਬਾਈਲ ਵੀ ਫੜ ਲਿਆ, ਮੈਨੂੰ ਆਰਡਰ ਦੇਣ ਵਾਲੇ ਇਹਨਾਂ ਨੂੰ ਮੈਂ ਆਰਡਰ ਦੇਣਾ, ਸਕੱਤਰ ਸਾਹਿਬ ਵੀ ਵਡੇਰਾ ਨਾ ਇੱਦਾਂ ਕਰਕੇ ਉਹਦਾ ਨਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਪ੍ਰਧਾਨ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਨਯੋਗ ਸਾਡੇ ਸਕੱਤਰ ਸਾਹਿਬ, ਸਤਿਕਾਰਯੋਗ ਸਾਡੇ ਮੈਨੇਜਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅੰਦਰਲਾ ਪ੍ਰਬੰਧ ਜਿਹੜਾ ਸਮੁੱਚਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਦਾ, ਉਹਦੀ ਜਿਹੜੇ ਸੇਵਾ ਸੰਭਾਲ ਲਈ ਜਿਹੜੀ ਸਾਡੀ ਸੇਵਾਦਾਰਾਂ ਦੀ ਡਿਊਟੀਆਂ ਲੱਗਦੀਆਂ ਵਾ, ਉਸ ਸੰਬੰਧੀ ਜਿਹੜੀ ਆ ਅੱਜ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਜਿਹੜੇ ਸਾਡੇ ਮੁਲਾਜ਼ਮ 24 ਘੰਟੇ ਦਿਨ ਰਾਤ ਅੰਦਰ ਪਰਿਕਰਮਾ 'ਚ ਡਿਊਟੀ ਕਰਦੇ ਆ, ਉਹਨਾਂ ਕੋਲੋਂ ਸੁਝਾਅ ਲਏ ਆ, ਉਹਨਾਂ ਦੀਆਂ ਦੁੱਖ ਤਕਲੀਫਾਂ ਸਮਝਦੇ ਹਾਂ, ਸੋਚਦੇ ਹਾਂ, ਉਹਨਾਂ ਦਾ ਜਿਹੜਾ ਵਾ ਹੱਲ ਕਰਨ ਲਈ ਉਹਨਾਂ ਨੂੰ ਭਰੋਸਾ ਦਿੱਤਾ ਵਾ। ਦੂਸਰਾ, ਜਿਹੜਾ ਬਾਹਰੋਂ ਜਿਵੇਂ ਸੰਗਤ ਆ ਰਹੀ ਹੈ, ਉਸ ਨਾਲ ਕਿਵੇਂ ਸਾਡੇ ਮੁਲਾਜ਼ਮਾਂ ਨੇ ਕਿਸ ਤਰ੍ਹਾਂ ਦਾ ਪਿਆਰ ਮੁਹੱਬਤ ਵਾਲਾ ਵਤੀਰਾ ਕਰਨਾ ਵਾ, ਬੋਲਬਾਣੀ ਚੰਗੀ ਰੱਖਣੀ ਹੈ, ਸਤਿਕਾਰ ਦੇਣਾ ਵਾ, ਉਸ ਸੰਬੰਧੀ ਜਿਹੜਾ ਉਹਨਾਂ ਨੂੰ ਇਸ ਮੀਟਿੰਗ ਕਰਕੇ ਉਹਨਾਂ ਨੂੰ ਜਿਹੜਾ ਵਾ ਸਮਝਾਇਆ ਵਾ, ਜਾਗਰੂਕ ਕੀਤਾ ਵਾ ਕਿ ਕਿਸੇ ਵੀ ਕਿਸੇ ਧਰਮ ਦੀ ਕਿਸੇ ਵੀ ਕਿਸੇ ਧਰਮ ਦਾ ਤਤਕਾਰ ਜਾਂ ਤਕਰਾਰ ਇੱਥੇ ਨਾ ਕੀਤਾ ਜਾਵੇ। ਸਰ ਤੁਹਾਨੂੰ ਕੀ ਬੀਤ ਹੈ?
ਸੰਗਤਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸੱਚਖੰਡ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਅੰਦਰ ਜਿਹੜਾ ਵਾ ਜਿਹੜੀ ਫੋਟੋਗ੍ਰਾਫਰੀ ਆ ਵੀਡੀਓਗ੍ਰਾਫਰੀ ਆ ਸਾਡੇ ਮੁਲਾਜ਼ਮ ਪਿਆਰ ਸਤਿਕਾਰ ਨਾਲ ਰੋਕਦੇ ਆ, ਉਹਨਾਂ ਦੇ ਨਾਲ ਜਿਹੜਾ ਵਾ ਕੋਈ ਮਾੜਾ ਵਤੀਰਾ ਨਾ ਕੀਤਾ ਜਾਵੇ। ਜੇ ਕਿਸੇ ਨੂੰ ਇਸ ਸੰਬੰਧੀ ਕੋਈ ਸ਼ਿਕਾਇਤ ਆਉਂਦੀ ਆ ਉਹ ਜਿਹੜਾ ਵਾ ਆਪਣੇ ਇੱਥੇ ਆਣ ਕੇ ਸਾਡੇ ਇੰਚਾਰਜ ਸਾਹਿਬ ਬੈਠੇ ਆ, ਆਣ ਕੇ ਦਫ਼ਤਰ ਦੇ ਵਿੱਚ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ, ਤਾਂ ਜੋ ਕਿਸੇ ਸ਼ਰਧਾਲੂ ਦੀ ਭਾਵਨਾ ਨੂੰ ਵੀ ਠੇਸ ਨਾ ਪਹੁੰਚ ਸਕੇ।